ਚਿੰਤਾ ਵੈਲੀ ਅਕਸਰ ਸਾਰੇ YouTube ਜਾਂ Facebook ਚੈਨਲ ਉੱਪਰ ਤੁਸੀਂ ਇਸ ਦੇ ਬਾਰੇ ਵਿੱਚ ਪਰਿਚਯਾ ਸੁਣਦੇ ਘਰੋਂਦੇ ਹੋ ਕਿ ਕਿ ਮੇਰੇ ਸਹਿਯੋਗੀ ਅੰਕਿਤ ਕੁਮਾਰ ਜਿਹੜਾ ਚਿੰਤਾ ਚ ਰਹਿੰਦਾ ਹੈ ਇਹ ਵੀ ਚਿੰਤਾ ਚ ਰਹਿੰਦਾ ਲੇਕਿਨ ਇਹ ਉਹਦੀ ਕਿ ਚਿੰਤਾ ਵੈਲੀ ਹੈ ਜਿਹੜੀ ਤੁਸੀਂ ਮੇਰੇ ਪਿੱਛੇ ਦੇਖਾ ਕਰਦੇ ਹੋ ਪੱਦਰਵਾ ਕੋਲਾ ਲਗਭਗ ਕੋਈ 20 ਕਿਲੋਮੀਟਰ ਦੀ ਦੂਰੀ ਉੱਪਰ ਇਹ ਚਿੰਤਾ ਵੈਲੀ ਹੈ اگر ایتھوں ਦਾ ਵਾਤਾਵਰਨ ایتھوں ਦੀ ਆਬੋ ਆਬਾਗ ਦੀ ਅਗਰਾਸ ਗੱਲ ਕਰਚਾ ਤੇ ਸੋਨਾ ਮਾਰਗ ਕੋਲਾ ਕੱਟ ਨਹੀਂ ਹੈ ਜੰਮੂ ਸ਼ਹਿਰਾ ਚ ਗਰਮੀ ਜੇਰੀ ਸ਼ੈਲ ਪਕਾ ਕਰਦੀ ਹੈ ਪਰ ਚਿੰਤਾ ਵੈਲੀ ਚ ਠੰਡ ਲਗਾ ਕਰਦੀ ਇਹ ਦੇਖ ਲਓ ਤੁਸੀਂ ਸਰਕੰਡੇ ਜਿਹੜੇ ਨਾ ਉਬਰਾ ਕਰਦੇ ਨਾ ਬੜੀ ਖੂਬਸੂਰਤ ਵੈਲੀ ਹੈ ਪਰ ਇਹ ਸਾਹਮਣੇ ਤੋਂ ਦਿਖਾ ਕਰਦੇ ਹੋ ਇਹ ਜਿਹੜਾ ਰਸਤਾ ਜਾ ਕਰਦਾ ਇਹ ਜੇਈ ਵੈਲੀ ਚ ਜਾ ਕਰਦਾ ਹੈ ਬੜੀ ਠੰਡੀ ਬਹਿਲੀ ਹੈ ਲੇਕਿਨ ਇਸ ਵੇਲੇ ਥੋੜੀ ਗਰਮੀ ਹੈ ਉੱਥੇ ਚਲੋ ਗਰਮੀ ਵੀ ਠੀਕ ਹੋਈ ਆਗ ਕੀ ਕੇ ਜਿਹੜੀ ਗਰਮੀ ਠੰਡੀ ਕਰਨੇ ਵਾਲੇ ਨੇ ਜਿਹੜੇ ਉੱਥੇ ਪੁੱਜੀ ਚੁੱਕੇ ਨੇ ਤੌਲੇਗੇ ਤੁਸੀਂਂਗੀ ਉਥੋਂ ਦੀ ਜਿਹੜੀ ਗਰਮੀ ਹੈ ਉਹਦਾ ਉੱਪਰ ਬਰਫ਼ ਪੇਜ ਦੀ ਲੱਭੂਗ ਮੇਰੇ ਕੰਨਾਂ ਅੰਕਿਤ ਕੁਮਾਰ ਹੋਰਨ ਜਿੰਦਾ ਘਰ ਹੈ ਸਾਹਮਣੇ ਤੋਂ ਦਿਖਾ ਕਰਦੇ ਹੋ ਇਹ ਪੂਰਾ ਪਰਿਵਾਰ ਇੰਦਾ ਗਿਆ ਚਾਚੇ ਤਾਏ ਜਿਹੜੇ ਨੇ ਇੱਥੇ ਘਰ ਰਹੁੰਦੇ ਨੇ ਇਹ ਇੰਦਾ ਘਰ ਹੈ ਆਪਣਾ ਤੇ ਜੀ ਆ ਮੈਂ ਪਹਿਲਾਂ ਦੱਸਾਂ ਭਾਈ ਚਿੰਤਾ ਬੜੀ ਕਰਦਾ ਹੈ ਤੇ ਅੱਜ ਇਹਦੇ ਕੰਨੇ ਗੱਲਬਾਤ ਕਰਨੇ ਆ ਮੀ ਅੰਕੀ ਤੇ ਦੱਸ ਜੀ ਸਰ ਕਿ ਇਹਦਾ ਨਾਂ ਚਿੰਤਾ ਪੈਲੀ ਕੀ ਪਿਆ ਸਰ ਇਹ ਮੈਨੂੰ ਮਾਲੂਮ ਨਹੀਂ ਹੈ ਨਹੀਂ ਜਿਹੜਾ ਮੀ ਮੀ ਪਤਾ ਲੱਗਦਾ ਹੈ ਕਿ ਕਿ ਅਸਵੀ ਤਜਰਬੇ ਇਨਸਾਨ ਕੀ ਦੇਖੀਏ ਕਰਨੇ ਆ ਚਿੰਤਾ ਹੀ ਤੇ ਨਹੀਂ ਰਹਉਂਦੇ ਲੋਗ ਮਾਤੇ ਨਹੀਂ ਸਰ ਚਿੰਤਾ ਨਹੀਂ ਹੈ ਹਾਂ ਪਰ ਚਿੰਤਾ ਫਰੀ ਰਹਤੇ ਹਨ ਅੱਛਾ ਚਿੰਤਾ ਕੋਈ ਨਹੀਂ ਹਾਂ ਪਰ ਨਹੀਂ ਇਨੀ ਠੰਡੀ ਜਗਾ ਇੰਨਾ ਸਾਫ ਸੁਥਰਾ ਮੌਸਮ ਹੈ ਤੂੰ ਇਆਂ ਕਰ ਮੇਰੇ ਘਰੋਂ ਨਾ ਬਟਾਈਦਾ ਸੀ ਨਹੀਂ ਸਰ ਇਹਦੇ ਠੀਕ ਹੈ ਤੂੰ ਸ਼ਹਿਰ ਕਿ ਲੈਣਾ ਉਹਨੋਂ ਨਾ ਯਾ ਕਿ ਅਰ ਕੁਛ ਇੰਸੇ ਸ਼ਾਂਤੀ ਹੈ ਠੰਡਾ ਹੈ ਔਰ ਇਸ ਜਮਾਨੇ ਚ ਲੋਕ ਮਾਰੇ ਸ਼ਾਂਤੀ ਤੁੱਪਣੇ ਤਾਂ ਹੀ ਬੜੀ ਬੜੀ ਦੂਰ ਜਾ ਦੇਣ ਜਾਂ ਜਿਹੜੇ ਡਵਾਰੀਆਂ ਮਾਰਾ ਕਰਦੇ ਨੇ ਜਿਹੜਾ ਸਾਰੇ ਉਹ ਮਾਰਾ ਕਰਦੇ ਨੇ ਕਦੇ ਇਕੜੇ ਦੇਸ਼ ਚ ਕਦੇ ਉਗੜੇ ਦੇਸ਼ ਚ ਸ਼ਾਂਤੀ ਨਹੀਂ ਲੱਭਾ ਕਰਦੀ ਅਗਰ ਮੁਖਤ ਸ਼ਾਂਤੀ ਸੋਹਾ ਕਰਦੀ ਹੈ ਤੇ ਫਿਰ ਮੀਂਹ ਲੱਗਦਾ ਕਿ ਦੂਰ ਨਹੀਂ ਜਾਣਾ ਚਾਹੀਦਾ ਸਰ ਸ਼ਾਂਤੀ ਰਿਹਾ ਹੈ ਲੇਕਿਨ ਇਹ ਬੜੀ ਅਸ਼ਾਂਤੀ ਹੈ ਪੈਸੇ ਵਾਲੀ ਅਸਮ ਇਹ ਦਸੋ ਆਮ ਪੇਸ਼ਾ ਇਥੋਂ ਦਾ ਕੀ ਹੈ ਆਮ ਪੇਸ਼ਾ ਸਰ ਬਸ ਇਹ ਹੀ ਫਸਲੇ ਹਨ ਮਾਰੀ ਮੱਕੀ ਹੈ ਉਸ ਕੇ ਲਾਵਾ ਰਾਜਮਾ ਹੈ ਅੱਛਾ ਤੇ ਬਾਕੀ ਸੇਬ ਹੈ ਉਹ ਬੰਦਰ ਲੈ ਜਾਂਦੇ ਹਨ ਅੱਛਾ ਬੰਦਰ ਕਿੰਨਾ ਆਤੇ ਹੈ ਬਹੁਤ ਜ਼ਿਆਦਾ ਬਾਂਦਰੇ ਨਹੀਂ ਇੱਥੇ ਵੀ ਨਹੀਂ ਜੋ ਕਮੀ ਬਾਂਦਰੇ ਨਹੀਂ ਕਮੀ ਬੈਸੇ ਵੀ ਕੋਈ ਨਹੀਂ ਹੈ ਪੂਰੇ ਜੰਮੂ ਖੇਤੇ ਚ ਬਾਂਦਰੇ ਦੀ ਕੋਈ ਕਮੀ ਨਹੀਂ ਹੈ ਲੇਕਿਨ ਇਸ ਵੈਲੀ ਚ ਵੀ ਬਾਂਦਰ ਜਿਹੜੇ ਨਾ ਉਹ ਪੁੱਜੀ ਚੁਕੇ ਦੇ ਨਾ ਮੀ ਇਹ ਦੱਸ ਕਿ ਸੈਲ ਸਫਾ ਦੀ ਨਜ਼ਰ ਕਰਨਾ ਸਿੱਖ ਚਾ ਤੇ ਮੀ ਲੱਗਦਾ ਹੈ ਕਿ ਕਸ਼ਮੀਰ ਦੇ ਕੁਸਾ ਵੀ ਜਿਹੜਾ ਮਨਪਾਣਾ ਥਾਰਾ ਉਸ ਕੋਲ ਕੱਟੇ ਜਾ ਇਹ ਤੇਰੀ ਚਿੰਤਾ ਵੈਲੀ ਨਹੀਂ ਹੈ ਸੈਲਸਪਹਾ ਦਾ ਤਾਂ ਕੋਈ ਕਿਛ ਲੱਭਾ ਨਹੀਂ ਹੈ ਕਾਰਨ ਕੀ ਹੈ ਸਰ ਟੂਰਿਸਟ ਭਰ ਭਰ ਕੇ ਜਾਂਦੇ ਹੈ ਜਾਇਦਵਾਲੀ ਮੇ ਹਰ ਜਗ੍ਹਾ ਲੇਕਿਨ ਫੈਸਿਲਿਟੀਆਂ ਯਹਾਂ ਪਰ ਆਪਕੋ ਕੱਲ ਆਪ ਤਿੱਲੀਗੜ੍ਹ ਮੇ ਰੁਕੇ ਆਪਨੇ ਦੇਖਾ ਵਹਾਂ ਪਰ ਕੀ ਫੈਸਿਲਿਟੀ ਜੋ ਹੈ ਹੋਗਾ ਮੀ ਉਕੜਾ ਨਾ ਨਹੀਂ ਲੈ ਨਾ ਤਿੱਲੀ ਕਰਦਾ ਨਾ ਪਧਰਵਾ ਦੇ ਰੋਣੇ ਵਾਲਾ ਉਹ ਪਧਰਵਾ ਦੀ ਮੈਂ ਤੁਸੇ ਸਟੋਰੀ ਦੱਸਣਾ ਜਿਸੇ ਲੋਗ ਆਦੇ ਜੀ ਮਿੰਨੀ ਕਸ਼ਮੀਰ ਹੈ ਉਹਦਾ ਰਵੇ ਮੈਂ ਗੱਲ ਕਰੂੰ ਲੇਕਿਨ ਉਹ ਮੈਂ ਪਰਧਵਾ ਜੀ ਕਰੂੰ ਉਹਦਾ ਪਰ ਗੱਲ ਫਿਰ ਹਾਲ ਮੈਂ ਚਿੰਤਾ ਵਾਲੀ ਪ੍ਰਕਾਰਾ ਕਰਨਾ ਜੇਈ ਕੋਲਾ ਚਿੰਤਾ ਵੈਲੀ ਜਿਹੜੀ ਹੈ ਮਤੀ ਖੂਬਸੂਰਤ ਹੈ ਬਿਲਕੁਲ ਸਰ ਮੌਸਮ ਬੜਾ ਪਿਆਰਾ ਹੈ ਇੱਥੇ ਕੋਈ ਕੁਸਾ ਮਹਿਕਮੇ ਨੇ ਕੋਈ ਬਣਾਇਆ ਦਾ ਕੋਈ ਰੌਣੇ ਦਾ ਕੋਈ ਟੱਪਰੂ ਪਾਇਆ ਦਾ ਚਾਹੀਆਂ ਕਿ ਛੜਾ ਮਹਿਕਮੇ ਨੇ ਆ ਕੁਛ ਨਹੀਂ ਬਣਾਇਆ ਸਰ ਜੋ ਹਟਸ ਬਣੇ ਹੋਏ ਤੇ ਉਹ ਆਜ ਸੇ 2007-8 ਕੇ ਬਣੇ ਹੋਏ ਹਨ ਜਹਾਂ ਪਰ ਅਬ ਸਿਰਫ ਗੋਬਰੀ ਗੋਬਰ ਗੰਦੀ ਗੰਦੇ ਔਰ ਲੋਕ ਜਾਂਦੇ ਖਾਤੇ ਪੀਤੇ ਗੰਦਗੀ ਫੈਲਾਤੇ ਉੱਪਰ ਚੱਲ ਜਾਂਦੇ ਵੱਡੀ ਵੱਡੀਆਂ ਗੱਲਾਂ ਸੁਣਨੇ ਚਾਹੁੰਦੀਆਂ ਪਤਰਵਾ ਚ ਹੋਈ ਆ ਪਤਰਵਾ ਸਬ ਡਿਵੀਜ਼ਨ ਚ ਹੋਈ ਆ ਮਾਰਾ ਨਕਾ ਕਸ਼ਮੀਰ ਹੈ ਇਸੀ ਆਸ ਵੱਡਾ ਕਸ਼ਮੀਰ ਲੀਡਰ ਨਹੀਂ ਅਗਰ ਅੱਜ ਗੱਲ ਕਰਦੇ ਤਾਂ ਉਹ ਵੀ ਕੋਈ ਕਮੀ ਨਹੀਂ ਹੈ ਮੱਡੇ ਵੱਡੇ ਕੱਦਾ ਪਰ ਅਫਸਰਾਂ ਦੀ ਗੱਲ ਕਰਦੇ ਜਿੰਨੇ ਅਫਸਰ ਪਤਰਵਾ ਦੇ ਨਾ ਇੰਨੇ ਸ਼ਾਇਦ ਮੀ ਲੱਗਦਾ ਕਿ ਕੁਦੋਂ ਦੇ ਹੋਰ ਦੇਣੀਆਂ ਉਹ ਕਿ ਕਰਦੇ ਵਸਰ 3 ਦਿਨ ਦਾ ਮੇਲਾ ਲਗਾਤੇ ਹਨ ਔਰ ਦਿਖਾਤੇ ਬੜਵਰ ਸਿੰਗਰ ਲਾਤੇ ਬੜੀ ਵੱਡੀ ਯਹਾਂ ਪਰ ਫੰਕਸ਼ਨ ਕਰਵਾਤੇ ਉਹ ਸਿਰਫ 3 ਦਿਨ اس کے بعد کچھ نہیں ہے رانی کی فسلٹی نہیں ہے نائٹ فسلٹی نہیں ہے کھانے کی فسلٹی نہیں ہے کچھ نہیں ہے یہ ہمارا بدروا ہے کچھ نہیں ہے گل لین باقی کچھ نہیں ہے گلا سنو بڑے بڑے پہاڑے ٹا کر دین اتنی خوبصورت بلی ہے یہ دیکھو تو کہ ایک بار تو اسی تھا ہو جانے کی مان نہیں کر رہا یہ دیکھو پارکیاں بوٹے گنے لدوے دین شانت ماحول ہے من پانا ماحول ہے لیکن اس چنتا بلی کی بھی سوائے چنتا دے ਤੋ ਸਾਖੋ ਕੁਸਨ ਨੇ ਕਿਸੇ ਦਿੱਤਾ ਹੈ ਕਾਕਾ ਨਹੀਂ ਦਿੱਤਾ ਲਾਰੇ ਬੜੇ ਲਾਏ ਨੇ ਲੋਕੀਂ ਇਥੋਂ ਦੇ ਨਹੀਂ ਪਰ ਛੜੇ ਲਾਰੇ ਕਰਨਾ ਜਿੰਦਗੀ ਨਹੀਂ ਟੱਪੇ